ਲਓ ਜੀ ਪਹੁੰਚ ਚੁੱਕੇ ਆਪਾਂ ਚੋਰਸੂ। ਆ ਸੜਕ ਕ੍ਰੋਸ ਕਰਕੇ ਇਹਦੇ ਪਰਲੇ ਪਾਸੇ ਹੈਗਾ ਜੀ ਤਾਸ਼ਕੈਂਟ ਦਾ ਫੇਮਸ ਚੋਰਸੂ ਬਾਜ਼ਾਰ। ਮੈਂ ਪਿੱਛੋਂ 46 ਨੰਬਰ ਬੱਸ ਫੜੀ, ਉਹ ਗੂਗਲ 'ਤੇ ਲਿਖਿਆ ਹੋਇਆ ਸੀ 46 ਨੰਬਰ ਬੱਸ ਫੜੋ। ਬੱਸ ਦਾ ਸਫ਼ਰ ਕੀਤਾ ਉਜ਼ਬੇਕਿਸਤਾਨ ਦੇ ਵਿੱਚ ਤਾਂ ਵਧੀਆ ਲੱਗਿਆ, ਅਤੇ ਬੱਸ ਦੇ ਵਿੱਚ ਮੇਰਾ ਕਿਰਾਇਆ ਲੱਗਿਆ ਸਿਰਫ 1400 ਸਮ, ਮਤਲਬ ਕਿ ਇੰਡੀਆ ਦੇ ਉਹੀ 10-11 ਰੁਪਏ। ਉਹ ਜਿਵੇਂ ਟੈਕਸੀ ਦੇ ਵਿੱਚ ਆਉਂਦਾ ਤਾਂ ਟੈਕਸੀ ਦੇ ਵਿੱਚ ਮੇਰਾ ਲੱਗਣਾ ਸੀਗਾ ਘੱਟੋ ਘੱਟ 30,000 ਸਮ, ਮਤਲਬ ਕਿ 100-150 ਰੁਪਏ ਇੰਡੀਆ ਦਾ। ਆ ਸਾਹਮਣੇ ਮਸਜਿਦ ਹੈ ਅਤੇ ਉਹ ਸਾਹਮਣੇ ਚੋਰਸੂ ਮਾਰਕੀਟ ਹੈ। ਚੋਰਸੂ ਮਾਰਕੀਟ ਦਾ ਬਹੁਤ ਵੱਡਾ ਇਤਿਹਾਸ ਆ, ਇਹਦੇ ਨਾਮ ਤੋਂ ਨਾ ਜਾਣਿਓ। ਚੋਰਸੂ ਦਾ ਮਤਲਬ ਇਹ ਨਹੀਂ ਹੈਗਾ ਵੀ ਇਹ ਚੋਰ ਬਾਜ਼ਾਰ ਹੈ, ਨਹੀਂ, ਚੋਰਸੂ ਬਾਜ਼ਾਰ ਬਹੁਤ 100 ਸਾਲ ਪੁਰਾਣਾ ਜੀ। ਸੋ ਇਹ ਜਗ੍ਹਾ ਤਾਸ਼ਕੈਂਟ ਦੀ ਟੂਰਿਸਟ ਅਟਰੈਕਸ਼ਨ ਹੈ। ਸੋ ਇੱਥੇ ਬਾਜ਼ਾਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲਦੀ ਹੈ। ਪੌੜੀਆਂ ਬਹੁਤ ਚੜ੍ਹਨੀਆਂ ਪੈਂਦੀਆਂ। ਚੋਰਸੂ ਬਾਜ਼ਾਰ ਦੀ ਬੈਕ ਸਾਈਡ ਆਪਾਂ ਐਂਟਰ ਕਰ ਚੁੱਕੇ ਹਾਂ। ਆਹ ਸਾਰੀ ਪਿੱਛੇ ਪਾਰਕਿੰਗ ਹੈ ਅਤੇ ਉਹ ਨਾ ਸਾਹਮਣੇ ਲਿਖਿਆ ਹੋਇਆ ਚੋਰਸੂ ਗੋਲਡ ਸੈਂਟਰ। ਆਪਾਂ ਦੇਖਦੇ ਹਾਂ ਅੰਦਰ ਜਾ ਕੇ, ਪਤਾ ਕਰਦੇ ਹਾਂ ਵੀ ਸ਼ਾਇਦ ਆਪਾਂ ਨੂੰ 22 ਜਾਂ 24 ਕੈਰਟ ਦਾ ਗੋਲਡ ਮਿਲ ਜਾਵੇ। ਜਿਹੜਾ ਆਹ ਸਾਹਮਣੇ ਤੁਸੀਂ ਉੱਪਰ ਦੇਖ ਰਹੇ ਹੋ ਨਾ, ਦੂਰ ਦਿਖ ਰਿਹਾ ਹੋਣਾ, ਉਹ ਸਾਹਮਣੇ ਇਹਨੂੰ ਕਹਿੰਦੇ ਨੇ ਡੋਮ। ਇਹ ਬਹੁਤ ਪੁਰਾਣੀ ਬਿਲਡਿੰਗ ਹੈ ਅਤੇ ਬਹੁਤ ਪੁਰਾਣਾ ਬਾਜ਼ਾਰ, ਇਹਨੂੰ ਕਹਿੰਦੇ ਨੇ ਐਂਸ਼ੀਅੰਟ ਮਾਰਕੀਟ। ਮਤਲਬ ਕਿ ਹੋਊਗਾ 300-400 ਸਾਲ ਪੁਰਾਣਾ ਹੋਊਗਾ ਇਹ। ਉਹ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਉਹ ਹੈਗੀ ਇਨਡੋਰ ਮਾਰਕੀਟ, ਇੱਧਰ ਵੀ ਅੰਦਰ ਮਾਰਕੀਟ ਹੈ। ਆਹ ਸਾਰੀ ਪਾਰਕਿੰਗ ਹੈ, ਝੌਂਪੜੀਆਂ ਜੀਆਂ, ਇਹ ਵੀ ਮਾਰਕੀਟ ਹੈ। ਇਹ ਲੋਕਲ ਮਾਰਕੀਟ ਹੈ, ਲੋਕਲ ਸਟਰੀਟ ਮਾਰਕੀਟ, ਤਾਸ਼ਕੈਂਟ ਦੀ ਇਹ ਸਭ ਤੋਂ ਫੇਮਸ ਮਾਰਕੀਟ ਹੈ। ਬਹੁਤ ਭੀੜ ਹੈ ਇੱਥੇ, ਬਹੁਤ ਪਤਲੀਆਂ ਪਤਲੀਆਂ ਗਲੀਆਂ ਨੇ, ਮਤਲਬ ਕਿ ਬੰਦੇ ਵਿੱਚ ਵੱਜਦੇ ਫਿਰਦੇ ਆ, ਇੱਕ ਦੂਸਰੇ ਦੇ ਪੈਰ ਮਿੱਧਦੇ ਫਿਰਦੇ ਆ, ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈਗੀ ਇੰਨੀ ਛੋਟੀ ਗਲੀਆਂ ਨੇ। ਤਾਂ ਇਹਨਾਂ ਦੇ ਵਿੱਚ ਹੀ ਉਹ ਰਸਤਾ ਅੱਗੇ ਅੱਗੇ ਰਸਤਾ ਨਿਕਲ ਹੀ ਜਾਂਦਾ। ਸੋ ਜਿਹੜੀ ਪਿੱਛੇ ਆਪਾਂ ਮਾਰਕੀਟ ਦੇਖੀ ਹੈ ਉਹ ਤਾਂ ਚਲੋ ਇਹਨਾਂ ਨੇ ਟੈਂਟ ਲਾਏ ਹੋਏ ਨੇ, ਸੋ ਆਹ ਪੂਰਾ ਇਹਨਾਂ ਨੇ ਇਨਡੋਰ ਕਵਰ ਕੀਤਾ ਹੋਇਆ, ਅਤੇ ਇੱਥੇ ਦੁਕਾਨਾਂ ਪੂਰੀਆਂ ਅਪਡੇਟਡ ਨੇ, ਇੱਥੇ ਅਰਬਨ ਦੁਕਾਨਾਂ ਨੇ ਪੂਰੀਆਂ। ਲਾਸਟ ਪੁਆਇੰਟ ਹੈ ਮਾਰਕੀਟ ਦਾ, ਸਾਰੀ ਇਨਡੋਰ ਹੈ। ਇੱਧਰ ਉਹ ਸਾਹਮਣੇ ਸੜਕ ਆ ਗਈ ਜੀ, ਉਹ ਜਿਹੜੀ ਤੁਸੀਂ ਪਿੱਛੇ ਮਾਰਕੀਟ ਦੇਖੀ ਆ, ਸੋ ਉਹ ਇਹ ਇੱਧਰ ਅੰਦਰ ਹੈ, ਉਹ ਤੋਂ ਪਹਿਲਾਂ ਵਾਲੀ ਮਾਰਕੀਟ ਇੱਧਰ ਹੈ। ਸੋ ਇੱਧਰ ਵਾਲੀ ਮਾਰਕੀਟ ਆਪਾਂ ਸਾਰੀ ਕਰ ਲਈ ਜੀ ਐਕਸਪਲੋਰ, ਅਤੇ ਉਹ ਸਾਹਮਣੇ ਹੈਗਾ ਇੱਕ ਮੌਲ। ਸੋ ਆਪਾਂ ਹੁਣ ਉਹ ਉੱਧਰ ਅੰਦਰ ਜਾ ਕੇ ਦੇਖਦੇ ਹਾਂ ਵੀ ਕੀ ਮਾਹੌਲ ਹੈ। ਜਦੋਂ ਮੈਂ ਅੰਦਰ ਐਂਟਰ ਹੋਇਆ ਪਿੱਛੇ ਮਾਰਕੀਟ ਦੇ ਵਿੱਚ ਤਾਂ ਸਾਰੇ ਮੈਨੂੰ ਇੱਦਾਂ ਘੂਰ ਘੂਰ ਕੇ ਦੇਖ ਰਹੇ ਸੀ ਜਿਵੇਂ ਕੋਈ ਏਲੀਅਨ ਆ ਗਿਆ ਹੁੰਦਾ। ਮੈਨੂੰ ਲੱਗਦਾ ਵੀਡੀਓਗ੍ਰਾਫੀ ਨੋਰਮਲ ਨਹੀਂ ਹੈਗੀ, ਸੋ ਮੈਂ ਤਰੀਕੇ ਦੇ ਨਾਲ ਵੀਡੀਓ ਬਣਾਈ ਜਾਂਦਾ। ਸੋ ਇੱਧਰ ਦੇਖੋ ਕਿੰਨਾ ਚੰਦ ਹੈ, ਆਹ ਜਿਵੇਂ ਆਪਣੇ ਪੰਜਾਬ ਦੇ ਵਿੱਚ ਦੁਸਹਿਰਾ ਗਰਾਊਂਡ ਨਹੀਂ ਹੁੰਦਾ, ਉੱਦਾਂ ਦਾ ਪੂਰਾ ਕੂੜਾ ਕਰਕਟ ਭਰਿਆ ਪਿਆ। ਫਰੂਟ ਦੀ ਮਾਰਕੀਟ ਹੈ, ਡਰਾਈ ਫਰੂਟਸ ਨੇ, ਨੋਰਮਲ ਫਰੂਟਸ ਨੇ, ਕਿ ਹਾਲੇ ਤੱਕ ਮੈਂ ਉੱਥੇ ਪਹੁੰਚਿਆ ਨਹੀਂ, ਤੇ ਜਾ ਰਿਹਾ ਮਾਰਕੀਟ ਦੇ ਵਿੱਚ ਚ ਹੀ ਜਾਣਾ ਪੈਂਦਾ ਮੈਨੂੰ ਲੱਗਦਾ ਇੱਧਰ ਚ ਰਸਤਾ। ਮੈਚਿੰਗ ਕਰ ਦੇਗਾ ਤਾਂ ਦੱਸ ਦੇ, ਸੁਣ ਲਾ ਵੀ ਰਿੱਟੂ ਸੀਮ ਚਾਹੀਦੀ। ਬਹੁਤ ਪੁਰਾਣੀ ਮਾਰਕੀਟ ਆ ਬਾਈ, ਚੁੰਨੀ ਮੇਰੀ ਰੰਗ ਦੇ ਲਲਾਰੀਆ। ਇਹ ਸਾਰੀ ਆ ਗਈ ਜੀ ਫੂਡ ਮਾਰਕੀਟ, ਮੇਰੇ ਰਾਈਟ ਸਾਈਡ ਵੀ ਫੂਡ ਹੈ, ਨਾਨ ਵੈਜ ਹੈ ਸਾਰਾ, ਇੱਧਰ ਵੀ ਫੂਡ ਹੈ, ਸਾਰੀ ਫੂਡ ਦੀ ਮਾਰਕੀਟ। ਸੋ
ਸੋ ਜੀ ਆ ਗਿਆ ਸਾਹਮਣੇ ਡੋਮ, ਬਹੁਤ ਦੇਰ ਹੋ ਗਈ ਮੈਨੂੰ ਇਹਦਾ ਰਸਤਾ ਲੱਭ ਰਿਹਾ ਸੀ। ਸੋ ਉਹ ਸਾਹਮਣੇ ਇਹਦੀ ਐਂਟਰੀ ਹੈ। ਹੁਣ ਤੱਕ ਤੁਸੀਂ ਜਿੰਨਾ ਬਾਜ਼ਾਰ ਦੇਖਿਆ ਉਹ ਸਾਰਾ ਆਊਟਡੋਰ ਹੈ। ਇੱਥੇ ਓਪਨ ਇਨਡੋਰ ਦੋਨੋਂ ਬਾਜ਼ਾਰ ਨੇ ਅਤੇ ਸੂਈ ਤੋਂ ਲੈ ਕੇ ਜਹਾਜ਼ ਤੱਕ ਹਰ ਇੱਕ ਚੀਜ਼ ਮਿਲਦੀ ਹੈ ਇੱਥੇ। ਸੋ ਹੁਣ ਆਪਾਂ ਚੱਲਦੇ ਹਾਂ ਡੋਮ ਦੇ ਅੰਦਰ। ਆ ਜਿੰਨੀ ਵੀ ਤੁਸੀਂ ਸਾਹਮਣੇ ਮਾਰਕੀਟ ਦੇਖ ਰਹੇ ਹੋ ਨੇ, ਛੋਟੇ ਛੋਟੀਆਂ ਲੋਕਾਂ ਨੇ ਸਟਾਲਾਂ ਲਾਈ ਹੋਈਆਂ ਨੇ, ਤਰ੍ਹਾਂ ਦੁਨੀਆ ਦੇ ਹਰ ਤਰ੍ਹਾਂ ਦਾ ਮੀਟ ਮਿਲਦਾ। ਸੋ ਮੁਰਗਾ, ਘੋੜਾ, ਸੂਰ ਨਹੀਂ ਖਾਂਦੇ, ਇਹ ਪੋਰਕ ਬੈਨ ਹੈ ਇੱਥੇ। ਮੱਝ, ਗਾਂ, ਮਤਲਬ ਕਿ ਜਿਹੜੇ ਮੈਂ ਨਾਮ ਲਏ ਨੇ ਇਹਨਾਂ ਜਾਨਵਰਾਂ ਦੇ ਇਕੱਲੇ ਇਕੱਲੇ ਅੰਗ ਵੀ ਵਿਕਦੇ ਨੇ। ਗਊਆਂ ਵੱਢੀਆਂ ਹੋਈਆਂ ਨੇ, ਮੱਝਾਂ ਵੱਢੀਆਂ ਹੋਈਆਂ ਨੇ, ਪੈਰ ਹੋ ਗਏ ਉਹਨਾਂ ਦੇ, ਉਹਨਾਂ ਦੇ ਨੱਕ ਹੋ ਗਏ, ਮਤਲਬ ਕਿ ਜਿੰਨੇ ਮੈਂ ਜਾਨਵਰ, ਮਤਲਬ ਕਿ ਇੱਥੇ ਹਰ ਇੱਕ ਜਾਨਵਰ ਦਾ ਅਲੱਗ ਅਲੱਗ ਪੀਸ ਮਿਲਦਾ ਹੈ ਨਾ। ਸੋ ਮੋਸਟਲੀ ਇੱਥੇ ਮਿਲਦਾ ਝੋਟਾ, ਉਹ ਸਾਹਮਣੇ ਦੇਖੋ ਝੋਟਾ, ਠੀਕ ਹੈ ਜੀ। ਉਹ ਸਾਹਮਣੇ ਗਾਂ ਹੈ, ਗਾਂ ਆਪਣੇ ਦੇਸ਼ ਦੇ ਵਿੱਚ ਪਵਿੱਤਰ ਮੰਨੀ ਜਾਂਦੀ ਆ, ਪਰ ਇਸ ਦੇਸ਼ ਦੇ ਵਿੱਚ ਗਾਂ ਦਾ ਇਕੱਲਾ ਇਕੱਲਾ ਅੰਗ ਵੱਢ ਕੇ ਵਿਕਦਾ। ਸੋ ਹੁਣ ਮੈਂ ਕਹਿਣਾ ਉੱਪਰ ਫਸਟ ਫਲੋਰ ਦੇ ਉੱਪਰ। ਸੋ ਨੀਚੇ ਹੈਗੀ ਸਾਰੀ ਨੌਨ ਵੈੱਜ ਦੀ ਮਾਰਕੀਟ, ਅਤੇ ਉੱਪਰ ਜਿੰਨੀ ਤੁਸੀਂ ਮਾਰਕੀਟ ਦੇਖ ਰਹੇ ਹੋ ਇਹ ਸਾਰੀ ਹੈਗੀ ਜੀ ਡਰਾਈ ਫਰੂਟਸ ਦੀ ਮਾਰਕੀਟ। ਸੋ ਉਹ ਇਹਨਾਂ ਦੇ ਕੁਛ ਕੁ ਟ੍ਰੈਡੀਸ਼ਨਲ ਫੂਡ ਨੇ, ਤੁਸੀਂ ਦੇਖ ਸਕਦੇ ਹੋ ਜੋ ਇਹ ਜਿੰਨੇ ਵੀ ਡਰਾਈ ਫਰੂਟ ਨੇ ਸਾਰੇ। ਉੱਪਰ ਮਾਰਕੀਟ ਸਾਰੀ ਹੈਗੀ ਡਰਾਈ ਫਰੂਟਸ ਦੀ। ਨੀਚੇ ਹੋ ਗਿਆ ਸਾਰਾ ਤੁਹਾਡਾ ਚਿਕਨ ਵਾਲਾ ਸਿਸਟਮ, ਮਤਲਬ ਕਿ ਥੱਲੇ ਹਰ ਤਰ੍ਹਾਂ ਦਾ ਨੌਨ ਵੈੱਜ, ਹਰ ਤਰ੍ਹਾਂ ਦਾ ਨੌਨ ਵੈੱਜ। ਮੈਂ ਨੇੜੇ ਜਾ ਕੇ ਦਿਖਾ ਨਹੀਂ ਸਕਦਾ ਕਿਉਂਕਿ ਮੈਨੂੰ ਸਮੈਲ ਆ ਰਹੀ ਹੈ, ਠੀਕ ਹੈ ਜੀ। ਮਾਰਕੀਟ ਤੋਂ ਮੈਂ ਬਾਹਰ ਆ ਗਿਆ, ਡੋਮ ਤੋਂ ਮੈਂ ਬਾਹਰ ਆ ਗਿਆ, ਅਤੇ ਬਾਹਰ ਆ ਕੇ ਮੈਂ ਕੀ ਦੇਖਦਾ, ਬਾਹਰ ਸਾਰਾ ਹੈਗਾ ਜੀ ਸਬਜ਼ੀਆਂ, ਫਰੂਟ। ਉੱਧਰ ਪਿਆਜ਼ ਪਏ ਨੇ, ਪਿਆਜ਼ ਇੱਥੋਂ ਦਾ ਬਹੁਤ ਮੋਟਾ ਯਾਰ। ਆਲੂ ਦਾ ਕਲਰ ਵੀ ਥੋੜ੍ਹਾ ਜਿਹਾ ਅਲੱਗ ਆ ਆਪਣੇ ਦੇਸ਼ ਨਾਲੋਂ। ਆਹ ਪਿਆਜ਼ ਦੇਖੋ, ਪਿਆਜ਼ ਕਿੰਨਾ ਮੋਟਾ ਉਹਦੇ। ਸੋ ਬਾਹਰ ਆ ਕੇ ਆਪਾਂ ਦੇਖ ਰਹੇ ਹਾਂ ਸਾਰੀ ਹੈਗੀ ਫਰੂਟ ਮਾਰਕੀਟ। ਹੁਣ ਮੈਂ ਅੰਦਰੋਂ ਬਾਹਰ ਆ ਗਿਆ, ਤੁਹਾਨੂੰ ਅੰਦਰ ਦਾ ਮਾਹੌਲ ਵੀ ਦਿਖਾਤਾ ਅਤੇ ਬਾਹਰ ਦਾ ਮਾਹੌਲ ਵੀ ਮੈਂ ਦਿਖਾਤਾ। ਲਗਭਗ ਉਜ਼ਬੇਕਿਸਤਾਨ ਦਾ ਸ਼ਹਿਰ ਆ ਜੀ ਇਹ ਤਾਸ਼ਕੈਂਟ। ਸੋ ਚੋਰਸੂ ਬਾਜ਼ਾਰ ਇਸ ਮਾਰਕੀਟ ਦਾ ਨਾਮ ਹੈ, ਅਤੇ ਇਸ ਮਾਰਕੀਟ ਦੇ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤੱਕ ਹਰ ਇੱਕ ਚੀਜ਼ ਤੁਸੀਂ ਖਰੀਦ ਸਕਦੇ ਹੋ, ਇੱਥੇ ਹਰ ਇੱਕ ਚੀਜ਼ ਮਿਲਦੀ ਹੈ। ਸਾਰੀ ਮਾਰਕੀਟ ਐਕਸਪਲੋਰ ਕਰ ਚੁੱਕੇ ਹਾਂ ਮਾਰਕੀਟ। ਸੋ ਇੱਥੋਂ ਆਪਾਂ ਹੁਣ ਗੋਲਡ ਮਾਰਕੀਟ ਲੱਭਦੇ ਹਾਂ। ਜੇ ਤਾਂ ਗੋਲਡ ਮਾਰਕੀਟ ਮਿਲ ਗਈ ਤਾਂ ਗੋਲਡ ਦਾ ਰੇਟ ਪਤਾ ਕਰਨਾ, ਜੇ ਤਾਂ ਸਸਤਾ ਹੋਇਆ ਫਿਰ ਆਪਾਂ ਖਰੀਦ ਲੈਣਾ, ਜੇ ਨਾ ਗੋਲਡ ਮਿਲਿਆ ਫਿਰ ਆਪਾਂ ਜਾਵਾਂਗੇ ਜੀ ਪੈਦਲ ਪੈਦਲ ਤੁਰ ਕੇ ਕਿਤੇ ਹੋਰ। ਹੁਣ ਅੱਜ ਦੇ ਦਿਨ ਦਾ ਆਪਣਾ ਇੱਕੋ ਇਹੀ ਟਾਸਕ ਸੀਗਾ। ਬਹੁਤ ਵੱਡੀ ਮਾਰਕੀਟ ਹੈ, ਮੈਨੂੰ ਕਿੰਨੀ ਦੇਰ ਹੋ ਗਈ ਪੈਦਲ ਤੁਰਦੇ ਨੂੰ, ਹਾਲੇ ਤੱਕ ਮਾਰਕੀਟ ਖਤਮ ਨਹੀਂ ਹੋਈ। ਇਹ ਇੱਕ ਤਰ੍ਹਾਂ ਦਾ ਭੁੱਲ ਭੁਲਈਆ ਵੀ ਆ, ਤੁਸੀਂ ਤੁਹਾਨੂੰ ਬਾਹਰ ਨਿਕਲਣ ਦਾ ਰਾਸਤਾ ਹੀ ਨਹੀਂ ਲੱਭਣਾ। ਇਹ ਵੀ ਇੱਕ ਐਂਟਰੀ ਹੈ, ਸੋ ਮੈਂ ਇੱਧਰੋਂ ਐਗਜ਼ਿਟ ਹੋਇਆ। ਆਲੇ ਦੁਆਲੇ ਮਤਲਬ ਕਿ ਇਹਦੀਆਂ ਕਈ ਐਂਟਰੀਆਂ ਨੇ, ਬਹੁਤ ਸਾਰੀਆਂ ਐਂਟਰੀਆਂ ਨੇ ਇਹਦੀਆਂ। ਸੋ ਪਹਿਲਾਂ ਤਾਂ ਜਦੋਂ ਮੈਂ ਆਇਆ ਭੁੱਲ ਭੁਲਈਏ ਦੇ ਵਿੱਚ ਮੈਂ ਕਨਫਿਊਜ਼ ਹੋ ਗਿਆ। ਸੋ ਗੋਲਡ ਦੀ ਮਾਰਕੀਟ ਨਹੀਂ ਮੈਨੂੰ ਲੱਭੀ, ਸੋ ਆਪਾਂ ਇੱਥੋਂ ਐਗਜ਼ਿਟ ਕਰਨ ਲੱਗੇ ਹਾਂ ਕਿਉਂਕਿ ਇੱਥੇ ਰਸ਼ ਬਹੁਤ। ਕਿੰਨੀ ਦੇਰ ਹੋ ਗਈ ਮੈਨੂੰ ਪੈਦਲ ਤੁਰਦੇ ਨੂੰ, ਮਾਰਕੀਟ ਹਾਲੇ ਤੱਕ ਖਤਮ ਹੀ ਨਹੀਂ ਹੋਈ। ਬਾਹਰ ਐਗਜ਼ਿਟ ਕੀਤਾ, ਉਹ ਤੋਂ ਬਾਅਦ ਇੱਕ ਹੋਰ ਨਵੀਂ ਮਾਰਕੀਟ ਹੈ, ਅੱਗੇ ਜਾ ਕੇ ਇੱਕ ਗੁੰਬਦ ਜਿਹਾ ਆਊਗਾ, ਉਹ ਅੰਡਰਗਰਾਊਂਡ ਮਾਰਕੀਟ ਸਾਰੀ ਗੋਲਡ ਦੀ ਹੀ ਹੈ। ਆਹ ਸਬਜ਼ੀਆਂ ਦੇ ਠੇਲੇ ਲੱਗੇ ਹੋਏ ਨੇ, ਸਬਜ਼ੀਆਂ ਦੀਆਂ ਸਟਾਲਾਂ ਨੇ, ਜਿੱਦਾਂ ਆਪਣੇ ਪੰਜਾਬ ਦੇ ਵਿੱਚ ਆਪਣੇ ਜੱਟ ਜ਼ਿਮੀਂਦਾਰ ਭਰਾ ਵੇਚਦੇ ਨੇ ਨਾ, ਸੋ ਉੱਦਾਂ ਹੀ ਇੱਥੇ ਉਜ਼ਬੇਕੀ ਲੋਕ ਵੇਚ ਰਹੇ ਨੇ। ਆਲੇ ਦੁਆਲੇ ਜਿੰਨੀਆਂ ਵੀ ਤੁਸੀਂ ਸਟਾਲਾਂ ਦੇਖ ਰਹੇ ਹੋ ਬ੍ਰੈਡਾਂ ਦੀਆਂ ਦੁਕਾਨਾਂ ਨੇ, ਬ੍ਰੈਡਾਂ ਦੀਆਂ ਸਟਾਲਾਂ ਨੇ। ਸੋ ਉਜ਼ਬੇਕਿਸਤਾਨ ਦੇ ਜਿੰਨੇ ਤਰ੍ਹਾਂ ਦੇ ਵੀ ਬ੍ਰੈਡ ਨੇ, ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਤਰ੍ਹਾਂ ਦਾ ਬ੍ਰੈਡ ਇੱਥੋਂ ਮਿਲਦਾ, ਉਹ ਫੇਮਸ ਉਜ਼ਬੇਕੀ ਬ੍ਰੈਡ ਵੀ ਮਿਲਦਾ। ਸੋ ਬ੍ਰੈਡ ਨੂੰ ਇਹ ਬਹੁਤ ਪਵਿੱਤਰ ਮੰਨਦੇ ਨੇ ਕਿਉਂਕਿ ਜਦੋਂ ਇਹਨਾਂ ਦਾ ਕੋਈ ਬੰਦਾ ਕਿਤੇ ਬਾਹਰ ਟਰੈਵਲਿੰਗ 'ਤੇ ਜਾਂਦਾ ਤਾਂ ਜਿਵੇਂ ਆਪਣੇ ਦੇਸ਼ ਦੇ ਵਿੱਚ ਸ਼ੱਕਰ ਚੀਨੀ ਨਾਲ ਮੂੰਹ ਮਿੱਠਾ ਕਰਾਉਂਦੇ ਨੇ, ਬ੍ਰੈਡ ਦਾ ਟੁਕੜਾ ਉਹਨੂੰ ਖਵਾ ਦਿੰਦੇ ਨੇ ਅਤੇ ਬਾਕੀ ਜਿਹੜਾ ਬਚਿਆ ਹੋਇਆ ਪੀਸ ਹੁੰਦਾ ਉਹ ਲੁਕੋ ਦਿੰਦੇ ਨੇ, ਅਤੇ ਜਿੰਨਾ ਚਿਰ ਉਹ ਵਾਪਸ ਨਹੀਂ ਆਉਂਦਾ ਯਾਤਰੀ ਘੁੰਮ ਕੇ ਉਨਾ ਚਿਰ ਮਤਲਬ ਕਿ ਉੱਥੇ ਰੱਖਦੇ ਨੇ ਬ੍ਰੈਡ ਦਾ ਪੀਸ।
ਸੋ ਬ੍ਰੈਡ ਬੜਾ ਸ਼ੁਭ ਮੰਨਿਆ ਜਾਂਦਾ, ਜਿੱਦਾਂ ਆਪਣੇ ਦੇਸ਼ ਦੇ ਵਿੱਚ ਰੋਟੀ ਹੁੰਦੀ ਹੈ ਨਾ, ਰੋਟੀ ਕਿਤੇ ਗਿਰ ਜਾਵੇ ਆਪਾਂ ਕਿੰਨਾ ਬੁਰਾ ਲੱਗਦਾ ਹੁੰਦਾ ਆਪਾਂ ਨੂੰ। ਸੋ ਉੱਦਾਂ ਹੀ ਉਜ਼ਬੇਕਿਸਤਾਨ ਦੇ ਵਿੱਚ ਬ੍ਰੈਡ ਨੂੰ ਕਾਫੀ ਪਵਿੱਤਰ ਮੰਨਿਆ ਜਾਂਦਾ। ਬ੍ਰੈਡ ਇਹਨਾਂ ਲਈ ਇੱਕ ਤਰ੍ਹਾਂ ਦਾ ਰੋਟੀ ਦਾ ਕੰਮ ਕਰਦਾ, ਪਿੱਛੇ ਬ੍ਰੈਡਾਂ ਦੀਆਂ ਦੁਕਾਨਾਂ ਨੇ ਇਕੱਠੀਆਂ। ਆਹ ਫਿਰ ਇੱਧਰ ਆ ਗਿਆ ਪੂਰੀ ਸੁਪਰ ਮਾਰਕੀਟ। ਇੱਥੇ ਮਤਲਬ ਕਿ ਇੱਦਾਂ ਆ, ਹਰ ਇੱਕ ਸੈਕਟਰ ਬਣਾਇਆ ਹੋਇਆ ਅਲੱਗ ਅਲੱਗ। ਇੱਕ ਜਗ੍ਹਾ 'ਤੇ ਤੁਹਾਨੂੰ ਸਾਰੇ ਬ੍ਰੈਡ ਮਿਲਣਗੇ, ਇੱਕ ਜਗ੍ਹਾ 'ਤੇ ਤੁਹਾਨੂੰ ਸਬਜ਼ੀਆਂ ਮਿਲਣਗੀਆਂ, ਇੱਕ ਜਗ੍ਹਾ 'ਤੇ ਤੁਹਾਨੂੰ ਫਰੂਟਸ ਮਿਲਣਗੇ, ਇੱਕ ਜਗ੍ਹਾ 'ਤੇ ਤੁਹਾਨੂੰ ਗੋਸ਼ਤ ਮਿਲੂਗਾ, ਚਿਕਨ ਮਿਲੂਗਾ। ਇੱਕ ਜਗ੍ਹਾ ਦੇ ਵਿੱਚ ਤੁਹਾਨੂੰ ਕਰਿਆਨੇ ਦੀਆਂ ਬਹੁਤ ਸਾਰੀਆਂ ਦੁਕਾਨਾਂ ਮਿਲ ਜਾਣੀਆਂ ਨੇ। ਸੋ ਚੋਰਸੂ ਬਾਜ਼ਾਰ ਤਾਂ ਬਹੁਤ ਭੁੱਲ ਭੁਲੱਈਏ ਵਾਲਾ ਮਾਹੌਲ ਹੈ। ਮੈਂ ਡੋਮ ਦੇ ਆਲੇ ਦੁਆਲੇ ਪਤਾ ਨਹੀਂ ਕਿੰਨੇ ਚੱਕਰ ਲਾਤੇ, ਉਹ ਤਾਂ ਮੈਨੂੰ ਉਦੋਂ ਪਛਾਣ ਆਈ ਜਦੋਂ ਮੈਂ ਨਾ ਇੱਕ ਮੁਰਗੀ ਜੀ ਦੀ ਪਛਾਣ ਆ ਗਈ ਸੀਗੀ ਮੈਨੂੰ ਇੱਕ ਦੁਕਾਨ ਦੀ ਪਛਾਣ ਆ ਗਈ ਸੀ। ਮੈਨੂੰ ਤਾਂ ਉਦੋਂ ਪਤਾ ਲੱਗਿਆ ਵੀ ਹਾਂ ਯਾਰ, ਵੀ ਮੈਂ ਤਾਂ ਇੱਕੋ ਜਗ੍ਹਾ 'ਤੇ ਘੁੰਮੀ ਜਾ ਰਿਹਾ ਵਾਰ ਵਾਰ। ਉਹ ਸਾਹਮਣੇ ਡੋਮ ਆ, ਇਹ ਵੱਡਾ ਡੋਮ ਆ ਸਭ ਤੋਂ ਇੱਥੇ ਦਾ, ਠੀਕ ਹੈ ਜੀ, ਜਿਹਦੇ ਅੰਦਰ ਨੌਨ ਵੈਜ ਆ। ਸੋ ਇੱਥੇ ਇੱਦਾਂ ਦੇ ਬਹੁਤ ਸਾਰੇ ਗੁੰਬਦ ਨੇ, ਆਲਮੋਸਟ ਇੱਥੇ ਜਿੰਨੇ ਵੀ ਤੁਸੀਂ ਇੱਦਾਂ ਦੇ ਡੋਮ ਜਾਂ ਗੁੰਬਦ ਦੇਖਦੇ ਹੋ ਉਹ ਸਾਰੇ ਹੀ ਪੁਰਾਣੇ ਨੇ।